ਪਦੇ ਘਰ ਹੀ ਬੈਠੇ ਸੀ ਤੇ ਬੜੀ ਜ਼ੋਰ ਦੀ ਆਵਾਜ਼ ਆਈ। ਇਹ ਗੁਲਾਬੀ ਰੰਗ ਦੀ ਬੱਸ ਵਿਆਹ ਦੇ ਲਈ ਬੁੱਕ ਕਰਵਾਈ ਸੀ। ਇਸ ਦੇ ਵਿੱਚ ਜਾ ਰਹੀ ਬਰਾਤ ਦੇ ਨਾਲ ਕੁਝ ਅਜਿਹਾ ਪਾਣਾ ਵਾਪਰਿਆ ਕਿ ਉਹਨਾਂ ਨੂੰ ਰਸਤੇ ਦੇ ਵਿੱਚ ਹੀ ਰੁਕਣਾ ਪਿਆ। ਇੰਨਾ ਹੀ ਨਹੀਂ, ਰਸਤੇ ਦੇ ਵਿੱਚ ਰੁਕਣ ਤੋਂ ਬਾਅਦ ਉੱਥੇ ਪੁਲਿਸ ਤੱਕ ਬੁਲਾਣੀ ਪੈ ਗਈ। ਪਹਿਲਾਂ ਦੇਖੋ ਇਹ ਵੀਡੀਓ, ਫਿਰ ਦੱਸਦੇ ਹਾਂ ਕਿ ਆਖਿਰਕਾਰ ਇਸ ਬਰਾਤ ਦੇ ਨਾਲ ਕੀ ਘਟਨਾ ਵਾਪਰੀ। ਚੈਨ ਸਿੰਘ ਲੈ ਅਜੇ ਵੀ ਪੁੱਛਦਾ ਵਾ ਕੀ ਹੋਣ ਡਿਆ। ਬਿਆਨ ਆਪਾਂ ਜੋ ਨੁਕਸਾਨ ਹੋਇਆ ਵਾ ਬਿਜਲੀ ਬੋਰਡ ਦਾ ਉਹ ਸਾਰਾ ਕੋਈ ਦੇਖਦੇ ਹੈ ਕੀ ਹੋਇਆ ਵਾ, ਫਿਰ ਉਸ ਦਾ ਅੱਗੇ ਜੋ ਕਾਨੂੰਨੀ ਕਾਰਵਾਈ ਉਹ ਕੀਤੀ ਜਾਏ। ਵਿਆਹ ਦੇ ਲਈ ਤਿਆਰ ਹੋਏ ਬਰਾਤੀ ਖੁਸ਼ੀ ਖੁਸ਼ੀ ਦੇ ਨਾਲ ਆਪਣੇ ਰਸਤੇ 'ਤੇ ਜਾ ਰਹੇ ਸੀ, ਪਰ ਅਚਾਨਕ ਬੱਸ ਦੇ ਡਰਾਈਵਰ ਦੇ ਵੱਲੋਂ ਅਜਿਹੀ ਕਸੂਤੀ ਜਗ੍ਹਾ 'ਤੇ ਬੱਸ ਫਸਾ ਦਿੱਤੀ ਗਈ ਕਿ ਉਸ ਤੋਂ ਬਾਅਦ ਸਾਰੀ ਸਵਾਰੀਆਂ ਨੂੰ ਬਰਾਤੀਆਂ ਨੂੰ ਬਾਹਰ ਨਿਕਲਣਾ ਪੈ ਗਿਆ। ਦੱਸ ਦਈਏ ਕਿ ਸਾਰੀ ਘਟਨਾ ਹੋਣ ਤੋਂ ਬਾਅਦ ਪਤਾ ਚੱਲਿਆ ਕਿ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ। ਇਹ ਸਾਰੇ ਇਲਜ਼ਾਮ ਬਰਾਤੀਆਂ ਦੇ ਵੱਲੋਂ ਲਗਾਏ ਗਏ ਅਤੇ ਇਸ ਤੋਂ ਬਾਅਦ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੈਂ ਮੌਕਾ ਵੇਖਿਆ, ਮੈਨੂੰ ਅਬਰੋਲ ਜੀ ਨੇ ਮੈਨੂੰ ਫੋਨ ਕੀਤਾ, ਨੇਤਾ ਜੀ ਇਹਨਾਂ ਨੇ ਦੱਸਿਆ ਅਤੇ ਮੈਂ ਮੌਕਾ ਆਣ ਕੇ ਵੇਖਿਆ ਸਾਡਾ ਕਾਫੀ ਨੁਕਸਾਨ ਹੋਇਆ। ਸਾਡੀ ਜਿਹੜੀ ਆ ਹਾਂਜੀ 20 ਮੀਟਰ ਵਾਲੇ ਜਿਹੜਾ ਬਕਸਾ ਡਾ ਉਹ ਸਾਰਾ ਡਾਤਾ ਇਹਨਾਂ ਨੇ ਅਤੇ ਸਾਡਾ ਪੋਲ ਵੀ ਟੁੱਟ ਗਿਆ, ਕਾਫੀ ਨੁਕਸਾਨ ਹੋਇਆ। ਹੌਲੀ ਅਸੀਂ ਸਪਲਾਈ ਬੰਦ ਕਰਾਤੀ ਆ, ਪਰ ਅਸੀਂ ਹੁਣ ਇਨਵੈਸਟੀਗੇਟ ਕਰਾਂਗੇ ਵੀ ਕਿੰਨਾ ਕੁ ਨੁਕਸਾਨ ਹੋਇਆ, ਪਰ ਉਹਦੇ ਹਿਸਾਬ ਨਾਲ ਹੀ ਗਾੜੀ ਕਾਰਵਾਈ ਅਸੀਂ ਦੇਵਾਂਗੇ। ਲੈ ਕੇ ਸ਼ਰਾਬੀ ਆ ਜਿਹੜਾ ਸ਼ਰਾਬੀ ਹਾਲਤ 'ਚ ਆ ਜਿਹੜਾ ਡਰਾਈਵਰ ਆ ਅਸੀਂ ਵੇਖਣ ਡੇ, ਉਹਦੇ ਪੈਰ ਨਹੀਂ ਲੱਗਣ ਡੇ। ਮਨਦੀਪ ਸਿੰਘ ਆ ਕੋਈ ਮਹਾਨਗਰ ਦਾ, ਹਾਂਜੀ ਮੇਰਾ ਬਾਕੀ ਜਾਨੀ ਨੁਕਸਾਨ ਨਹੀਂ ਹੋਇਆ, ਪਰ ਚਲੋ ਸ਼ੁਕਰ ਆ ਵੀ ਜਾਨੀ ਨੁਕਸਾਨ ਬੱਚੇ ਹੀ ਛੋਟੇ ਛੋਟੇ ਬਚਾਅ ਹੋ ਗਿਆ। ਸੋ ਬਾਕੀ ਦੇਖੋ ਅਗਲੇਰੀ ਕਾਰਵਾਈ ਚੱਲਦੀ ਹੈ ਜੀ, ਇਹਦੇ ਮਾਲਕਾਂ ਨੂੰ ਅਸੀਂ ਸੁਨੇਹਾ ਦੇ ਰਹੇ ਹਾਂ। ਮੈਂ ਵਿਨੇ ਬਰੋਲ, ਨਿਵਾਸੀ ਬੈਂਕ ਕਲੋਨੀ ਨਵੀਂ ਬਾਦੀ। ਅਤੇ ਆਪਾਂ ਤਾਂ ਘਰ ਹੀ ਬੈਠੇ ਸੀ ਅਤੇ ਬੜੀ ਜ਼ੋਰ ਦੀ ਆਵਾਜ਼ ਆਈ ਅਤੇ ਬਾਹਰ ਆਏ ਹਾਂ ਅਤੇ ਬੱਸ ਹੀ ਬਰਾਤ ਲੈ ਕੇ ਜਾਂਦੀ ਵੀ ਮੁਲਤਾਨੀ ਮੁਹੱਲੇ ਤੋਂ ਕੋਈ ਕਾਦੀਆਂ ਨੂੰ, ਅਤੇ ਡਰਾਈਵਰ ਨੇ ਲਿਆ ਕੇ ਬੱਸ 'ਤੇ ਬਿਜਲੀ ਦੇ ਬੋਰਡ ਦੇ ਪੋਲ ਦੇ ਵਿੱਚ ਜਿੱਥੇ ਮੀਟਰ ਲੱਗੇ ਆ ਉਹਦੇ ਵਿੱਚ ਮਾਰ ਦਿੱਤੀ। ਅਤੇ ਪਰਮਾਤਮਾ ਦਾ ਇੰਨਾ ਸ਼ੁਕਰ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਬਿਜਲੀ ਬੋਰਡ ਦਾ ਅਤੇ ਪਲੱਸ ਉਹ ਕਾਫੀ ਮਾਲੀ ਨੁਕਸਾਨ ਕਾਫੀ ਹੋ ਗਿਆ। ਅਤੇ ਡਰਾਈਵਰ ਜਿਹੜਾ ਸੀ ਨਸ਼ੇ 'ਚ ਅਤੇ ਮੁਹੱਲੇ ਵਾਲਿਆਂ ਨੇ ਉਹਨੂੰ ਫੜ ਕੇ ਅਤੇ ਪੁਲਿਸ ਦੇ ਹੈਂਡਓਵਰ ਕਰਤਾ ਵਾ, ਅਤੇ ਪੁਲਿਸ ਨੇ ਹੁਣ ਅੱਗੇ ਜੋ ਕਾਰਵਾਈ ਕਰਨੀ ਮਲਾ ਜਾ ਕਰਾ ਕੇ ਜੋ ਵੀ ਹੈਗਾ ਉਹ ਪੁਲਿਸ ਦੇ ਹੱਥ ਵਾਸੀ ਐਸ ਐਚ ਓ ਸਾਹਿਬ ਲੈ ਗਏ ਨੇ ਇਹਨੂੰ। ਨਹੀਂ ਉਹ ਜਿਹੜੇ ਕੋਈ ਚੀਜ਼ ਜਿਹੜੇ ਵਿੱਚ ਬੈਠੇ ਸੀ ਰਾਤੀ ਉਹ ਦੱਸਦੇ ਪਏ ਕਿ ਕੋਈ ਚੀਜ਼ ਨਹੀਂ ਆਈ, ਇਹਨੇ ਨਸ਼ਾ ਕੀਤਾ ਵਾ। ਬੱਸ ਨੰਬਰ ਆ PB02-9761 ਸਿੱਧੂ ਬੱਸ ਸਰ, ਜਿਹਦਾ ਡਰਾਈਵਰ ਮਨਿੰਦਰ ਸਿੰਘ ਸਾਨੂੰ ਦਵਿੰਦਰ ਸਿੰਘ ਪਿੰਡ ਮਾਨਨਗਰ ਸ਼ਹਿਰ ਮਾਨਨਗਰ ਦਾ ਰਹਿਣ ਵਾਲਾ, ਅਤੇ ਇੱਥੇ ਅਚਨਚੇਤ ਇੱਥੇ ਜਾ ਰਿਹਾ ਸੀ ਅਤੇ ਇਹਦੀ ਜਿਹੜੀ ਗੱਡੀ ਇੱਕ ਸਾਈਡ ਨੂੰ ਹੋ ਗਈ ਆ ਅਤੇ ਜਿਹੜੇ ਬਿਜਲੀ ਦੇ ਮੀਟਰ ਉਹਨਾਂ ਵਿੱਚ ਵੱਜ ਗਈ ਆ। ਡਰਾਈਵਰ ਦੇ ਕਹਿਣ 'ਤੇ ਗਾੜੀ ਨੂੰ ਗੱਡੀ ਆਈ ਆ ਅਤੇ ਕੋਈ ਕੰਟਰੋਲ ਨਹੀਂ ਹੋਇਆ, ਇੱਕ ਪਾਸੇ ਨੂੰ ਚੱਲ ਗਈ ਗੱਡੀ ਅਤੇ ਜਿੰਨੇ ਬਰਾਤੀ ਬੈਠੇ ਸਾਰੇ ਦਾ ਬਚਾਅ ਵਾ, ਜਾਨੀ ਕੋਈ ਨੁਕਸਾਨ ਨਹੀਂ ਹੋਇਆ, ਮਾਲੀ ਹੋਇਆ ਜੀ। ਸਰ ਜਿਹੜੀ
मुलाजा करा रहे लैके जा रहे जो आएगा वो तो कार्रवाई बंद कर दी है। ट्रांसफार्मर दे विच बजी यह बस की आवाज़ सुन के आसे पासे इलाके दे लोग भी बाहर आ गए सी। उन्हां दे वलों देखा गया कि बस दे विचों सारे बराती छेती दे नाल बाहर उतर रहे ने। इस तो बाद पुलिस नू भी जानकारी दिती गई अते बिजली विभाग नू भी जानकारी दिंदे हुए बिजली बंद करवा दिती गई सी। देखना होवेगा कि सारे मामले दे विच उस शराबी ड्राइवर दे खिलाफ पुलिस दे वलों की कार्रवाई की जाती है। मीह दे मौसम दे विच जा रही इस बरात नू ड्राइवर दे करके कई मुश्किलों का सामना करना पिया। जानकारी मुताबक बस दे विच बैठियां सवारियां दा कोई नुकसान नहीं होया। जानी नुकसान तो बचा रहा पर माली नुकसान जिथे बिजली विभाग दा होया उत्थे ही बस समेत बस दे ड्राइवर नू भी इस दे लई हुण सब कुछ भुगतना पवेगा। पुलिस दे वल्लों जांच करवाई जा रही है ते पता लगाया जा रहा है कि ड्राइविंग करदे समय बस ड्राइवर दे वल्लों शराब पीती गई सी या फिर नहीं, क्योंकि यह सारे इल्जाम बस दे विच बैठे बरातियां दे वल्लों लगाए गए ने। ਬਿਆਨ ਆਪਾਂ ਜੋ ਨੁਕਸਾਨ ਹੋਇਆ ਬਿਜਲੀ ਬੋਰਡ ਦਾ ਉਹ ਸਾਰਾ ਕੋਈ ਦੇਖਦੇ ਆ ਕੀ ਇਹ ਹੈ ਵਾ ਫਿਰ ਉਸ ਮੁਤਾਬਕ ਅੱਗੇ ਜੋ ਕਾਨੂੰਨੀ ਕਾਰਵਾਈ ਉਹ ਕੀਤੀ ਜਾਏ। ਤੇ ਬਾਹਰ ਆਏ ਆ ਤੇ ਬੱਸ ਹੀ ਬਰਾਤ ਲੈ ਕੇ ਜਾਂਦੀ ਵੀ ਮਲਤਾਨੀ ਮਹੱਲੇ ਤੋਂ ਕੋਈ ਕਾਦੀਆਂ ਨੂੰ ਤੇ ਡਰਾਈਵਰ ਨੇ ਲਿਆ ਕੇ ਬੱਸ ਤੇ ਬਿਜਲੀ ਦੇ ਬੋਰਡ ਦੇ ਪੋਲ ਦੇ ਵਿੱਚ ਜਿੱਥੇ ਮੀਟਰ ਲੱਗੇ ਆ ਉਹਦੇ ਵਿੱਚ ਮਾਰ ਦਿੱਤੀ ਤੇ ਪਰਮਾਤਮਾ ਦਾ ਇੰਨਾ ਸ਼ੁਕਰ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਬਿਜਲੀ ਬੋਰਡ ਦਾ ਅਤੇ ਪਲੱਸ ਉਹ ਕਾਫੀ ਮਾਲੀ ਨੁਕਸਾਨ ਕਾਫੀ ਹੋ ਗਿਆ ਅਤੇ ਡਰਾਈਵਰ ਜਿਹੜਾ ਸੀ ਨਸ਼ੇ 'ਚ ਅਤੇ ਮੁਹੱਲੇ ਵਾਲਿਆਂ ਨੇ ਉਹਨੂੰ ਫੜ ਕੇ ਅਤੇ ਪੁਲਿਸ ਦੇ ਹੈਂਡਓਵਰ ਕਰਤਾ ਵਾ ਅਤੇ ਪੁਲਿਸ ਨੇ ਹੁਣ ਅੱਗੇ ਜੋ ਕਾਰਵਾਈ ਕਰਨੀ ਮੁਲਾਜ਼ਾ ਕਰਾ ਕੇ ਜੋ ਵੀ ਹੈਗਾ ਉਹ ਪੁਲਿਸ ਦੇ ਹੱਥ ਵਾਸੀ ਆ SHO ਸਾਹਿਬ ਲੈ ਗਏ ਨੇ ਉਹਨੂੰ ਨਹੀਂ ਉਹ ਜਿਹੜੇ ਕੋਈ ਚੀਜ਼ ਜਿਹੜੇ ਵਿੱਚ ਬੈਠੇ ਸੀ ਰਾਤੀ ਉਹ ਦੱਸਦੇ ਪਏ ਕਿ ਕੋਈ ਚੀਜ਼ ਨਹੀਂ ਆਈ ਇਹਨੇ ਨਸ਼ਾ ਕੀਤਾ ਵਾ ਸੀ। ਬੱਸ ਨੰਬਰ ਆ PB02-9761 ਸਿੱਧੂ ਬਸ ਸਰ ਜਿਹਦਾ ਡਰਾਈਵਰ ਮਨਿੰਦਰ ਸਿੰਘ ਸਨੋ ਦਵਿੰਦਰ ਸਿੰਘ ਪਿੰਡ ਮਾਨ ਨਗਰ ਸ਼ਹਿਰ ਮਾਨ ਨਗਰ ਦਾ ਰਹਿਣ ਵਾਲਾ ਅਤੇ ਇੱਥੇ ਅਚਨਚੇਤ ਇੱਥੇ ਜਾ ਰਿਹਾ ਸੀ ਅਤੇ ਇਹਦੀ ਜਿਹੜੀ ਗੱਡੀ ਇੱਕ ਸਾਈਡ ਨੂੰ ਹੋ ਗਈ ਆ ਅਤੇ ਜਿਹੜੇ ਬਿਜਲੀ ਦੇ ਮੀਟਰ ਉਹਨਾਂ ਵਿੱਚ ਵੱਜ ਗਈ ਆ। ਡਰਾਈਵਰ ਦੇ ਕਹਿਣ 'ਤੇ ਗਾੜੀ ਨੂੰ ਗੱਡੀ ਆਈ ਆ ਅਤੇ ਕੋਈ ਕੰਟਰੋਲ ਨਹੀਂ ਹੋਇਆ ਇੱਕ ਪਾਸੇ ਨੂੰ ਚੱਲ ਗਈ ਗੱਡੀ ਅਤੇ ਜਿੰਨੇ ਬਰਾਤੀ ਬੈਠੇ ਸਾਰੇ ਦਾ ਬਚਾਅ ਵਾ ਜਾਨੀ ਕੋਈ ਨੁਕਸਾਨ ਨਹੀਂ ਹੋਇਆ ਮਾਲੀ ਹੋਇਆ ਜੀ। ਸਰ ਜਿਹੜੀ